ਫਿਰੋਜ਼ਪੁਰ ਦਿਹਾਤੀ ਦੇ ਵਿੱਚ ਕਾਂਗਰਸ ਦੇ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੇਨ ਵਰਕਰ ਸੀ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦਾ ਕਤਲ ਕੀਤਾ ਅਤੇ ਜਿਹੜੇ ਸਾਡਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹਿਬ ਬਲਵਿੰਦਰ ਸਿੰਘ ਉਹਨਾਂ ਦੇ ਲੱਤ 'ਚ ਵੀ ਗੋਲੀ ਲੱਗੀ। ਆਹ ਜਿਹੜੇ ਕਾਤਲ ਹੈ ਕੌਣ ਹੈ? ਆਹ ਕਾਂਗਰਸ ਦੀ ਗੁੰਡਾ ਗੈਂਗ ਹੈ ਲੱਖਾ ਢਿੱਲੋਂ, ਜਿਹਨੂੰ ਸਾਰੇ ਫਿਰੋਜ਼ਪੁਰ 'ਚ ਜਾਣਦੇ ਹੈ। ਸਮੈਕ ਦਾ ਧੰਦਾ ਕਰਦਾ, ਡਰੱਗਸ ਦਾ ਧੰਦਾ ਕਰਦਾ, ਸਾਰੇ ਜਿੰਨੀ ਐਕਸਟੋਰਸ਼ਨ ਕਰਦੇ ਹੈ ਅਤੇ ਹੈ ਕਿਹਦੇ ਨਾਲ? ਇੱਥੋਂ ਦੇ ਕਾਂਗਰਸ ਦੇ ਲੀਡਰ ਥੋੜੀ ਸਾਹਿਬ ਦਾ ਚੇਤਾ, ਇੱਥੋਂ ਦੀ ਜਿਹੜੀ MLA ਹੈ ਦਿਹਾਤੀ ਰੂਰਲ MLA ਦੇ ਨਾਲ, ਆਹ ਉਹਨਾਂ ਦੀਆਂ ਫੋਟੋਆਂ ਹੈ। ਆਹ ਗੈਂਗ ਜੰਗ ਗੈਂਗ ਬਣਾਈ ਉਹਨਾਂ ਨੇ, ਆਹ ਉਹਨਾਂ ਦੀਆਂ ਫੋਟੋਆਂ, ਆਹ ਸਾਰੀ ਉਹਨਾਂ ਦੀ ਫੋਟੋਆਂ। ਔਰ ਇਸ ਇੱਕ ਮਹੀਨਾ ਪਹਿਲੇ ਲੱਖਾ ਢਿੱਲੋਂ ਨੇ ਸਾਡੇ ਵਰਕਰਾਂ ਦੇ ਘਰੇ ਆ ਕੇ ਉਹਨਾਂ ਨੂੰ ਧਮਕੀ ਦਿੱਤੀ ਕਿ ਅਸੀਂ ਤੁਹਾਨੂੰ ਮਾਰਾਂਗੇ। ਇੱਕੋ ਹੀ ਪਿੰਡ ਦੇ ਹੈ, 28 ਤਰੀਕ ਨੂੰ ਪਹਿਲਾਂ ਪਾਇਆ ਗਿਆ, 28 ਉਦੋਂ ਹੀ ਸਾਡੇ ਜਿਹੜੇ ਵਰਕਰ ਹੈ ਸਾਹਿਬ ਬਲਵਿੰਦਰ ਸਿੰਘ ਸਾਡੇ ਜਿਹੜੇ ਸੀਨੀਅਰ ਵਾਈਸ ਚੇਅਰਮੈਨ, ਉਹ ਥਾਣੇ ਗਏ SHO ਨੂੰ ਦੱਸਿਆ ਕਿ ਆਹ ਸਾਨੂੰ ਧਮਕੀ ਦੇ ਕੇ ਗਿਆ ਮਾਰਨ ਦੀ। SHO ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਇਹਨਾਂ ਨੇ SSP ਨੂੰ ਮਿਲੇ, SSP ਨੂੰ ਰਿਟਰਨ ਦਿੱਤਾ, ਕੋਈ ਕਾਰਵਾਈ ਨਹੀਂ ਹੋਈ। ਫਿਰ ਲਗਾਤਾਰ ਹਰ ਜੋ ਥਰੈਟ ਆਉਂਦੀਆਂ ਜਾਂਦੀਆਂ ਰਹੀਆਂ, ਪਿਛਲੇ ਮਹੀਨੇ ਦੇ ਅੰਦਰ ਘੱਟ ਤੋਂ ਘੱਟ 6-7 ਵਾਰ ਤਾਂ SHO ਨੂੰ, ਜਿਹੜਾ ਇੱਥੋਂ ਦਾ SHO ਹੈ ਸੁਸ਼ੀਲ ਕੁਮਾਰ, SHO ਸੁਸ਼ੀਲ ਕੁਮਾਰ ਨੂੰ ਇਹਨਾਂ ਨੇ ਬਾਰ ਬਾਰ ਥਾਣੇ ਜਾ ਕੇ ਦਰਖਾਸਤਾਂ ਦਿੱਤੀਆਂ ਕਿ ਇਹਨਾਂ ਨੇ ਥਰੈਟ ਕੀਤਾ, ਮਾਰਨਗੇ ਸਾਨੂੰ, ਮਾਰਨਗੇ, ਇਹਨਾਂ 'ਤੇ ਐਕਸ਼ਨ ਲਓ। SHO ਨੇ ਐਕਸ਼ਨ ਲੈਣ ਦੀ ਬਜਾਏ SHO ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਨਾਲ ਰਲ ਜਾਓ, ਉਹਨਾਂ ਦੀ ਪੰਚੀ ਤੋਂ ਅਸਤੀਫਾ ਦੇ ਦਿਓ। ਆਹ ਕੋਈ SHO ਦਾ ਕੰਮ ਹੈ? ਇਹਨਾਂ ਨੇ SSP ਕੋਲ ਚਾਰ ਵਾਰ ਗਏ ਕਿ ਸਾਨੂੰ ਮਾਰਨਾ, SSP ਨੂੰ ਕੋਈ ਦਿੱਕਤ ਨਹੀਂ। ਇਹਨਾਂ ਨੇ ਰਜਿਸਟਰਡ ਲੈਟਰ ਰਾਹੀਂ DGP ਨੂੰ ਵੀ ਲਿਖਿਆ, ਸਾਰਿਆਂ ਨੂੰ ਲਿਖਿਆ, ਪਰ ਕੋਈ ਐਕਸ਼ਨ ਨਹੀਂ। ਅਖੀਰ 'ਚ ਅੱਜ ਲੱਖਾ ਢਿੱਲੋਂ ਨੇ ਆਪਣੀ ਫੇਸਬੁੱਕ ਪੋਸਟ 'ਤੇ ਪਾ ਦਿੱਤਾ ਕਿ 28 ਤਰੀਕ ਨੂੰ ਕਿ ਮੈਂ ਹੁਣ ਇਹਨਾਂ ਨੂੰ ਮੈਂ 21 ਦੇ 101 ਕਰਕੇ ਦਊਂਗਾ, ਕੱਲ੍ਹ ਤੋਂ ਸ਼ੁਰੂ ਹੈ। ਅਤੇ ਉਹਨੇ ਅਗਲੇ ਦਿਨ ਆ ਕੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਇੱਕ ਸ਼ਰੀਫ ਪਰਿਵਾਰ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਅਤੇ ਹਾਲੇ ਕੋਈ ਐਕਸ਼ਨ ਨਹੀਂ। ਪੁਲਿਸ ਜਿਹੜੋ ਕੰਪਲੇਂਟ ਜਿਹੜੀ ਲਿਖੀ ਗਈ ਸਰ ਬਲਵਿੰਦਰ ਸਿੰਘ ਜਿਹਨਾਂ ਗੋਲੀ ਵੱਜੀ ਉੱਥੇ ਸੀ ਮੌਜੂਦਾ, ਉਹਨਾਂ ਨੇ ਜੋ ਕੰਪਲੇਂਟ ਲਿਖੀ ਗਈ ਉਹ ਸਾਰੀ ਕੰਪਲੇਂਟ ਬਦਲ ਕੇ, ਕਿਉਂਕਿ ਉਹਨਾਂ ਨੇ ਸਾਰਾ ਡਿਟੇਲ ਆਪਣੀ ਕੰਪਲੇਂਟ ਦੱਸਿਆ ਸੀ, ਕਦੋਂ ਕਦੋਂ ਗਏ, ਕਦੋਂ ਕਦੋਂ ਮਿਲੇ, ਸਾਰਾ ਕੁਛ, ਉਹ ਸਾਰੀ ਉਹਨੇ ਕੰਪਲੇਂਟ ਬਦਲ ਦਿੱਤੀ। ਆਹ ਸਾਰੀ ਇੱਕ ਸਾਜਿਸ਼ ਕੌਨਸਪਰੇਸੀ, ਆਹ ਇਕੱਲਾ ਪਹਿਲਾ ਕੇਸ ਨਹੀਂ, ਪਿਛਲੇ 1.5 ਮਹੀਨੇ ਦੇ ਅੰਦਰ ਘੱਟ ਤੋਂ ਘੱਟ 10 ਜਾਂ 11 ਅਕਾਲੀ ਵਰਕਰ ਅਤੇ ਲੀਡਰਾਂ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਕਾਂਗਰਸ ਨੇ। ਇੱਕ ਬਰਦਾਸ਼ਤ ਤੋਂ ਆ ਗੱਲ ਹੁਣ ਉੱਤੇ ਚਲੀ ਗਈ ਹੈ। ਮੈਂ DGP ਨਾਲ, IG ਇੱਥੋਂ ਦੇ ਜ਼ੋਨ ਨਾਲ ਮੈਂ ਉਹਨਾਂ ਨਾਲ ਗੱਲ ਕੀਤੀ ਹੈ, 48 ਆਵਰਸ ਦਾ ਨੋਟਿਸ ਦਿੱਤਾ। ਜੇ 48 ਆਵਰਸ ਦੇ ਅੰਦਰ, 48 ਘੰਟੇ ਦੇ ਅੰਦਰ ਜੇ ਜਿਹੜੇ 14-15 ਦੋਸ਼ੀ ਜਿਹਨੇ IG ਨੂੰ ਨਾ ਫੜੇ ਗਏ ਅਤੇ ਜਿਹੜੇ ਅਫਸਰ ਹੈ ਉਹਨਾਂ 'ਤੇ ਨਾ ਐਕਸ਼ਨ ਕੀਤਾ ਗਿਆ ਜੋ ਅਸੀਂ ਕਿਹਾ, ਫਿਰ ਉਹਨਾਂ ਨੂੰ ਉਹ ਆਪ ਭੁਗਤਣਗੇ ਜੋ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ। 48 ਆਵਰਸ ਮੈਂ ਦਿੰਦਾ ਉਹਨਾਂ ਨੂੰ ਕਰਨ ਵਾਸਤੇ। ਫਿਰ ਸਾਰੇ ਪੰਜਾਬ 'ਚ ਅਕਾਲੀ ਵਰਕਰ ਜੋ ਫੈਸਲਾ ਕਰਨਗੇ ਫਿਰ ਇਹਨਾਂ ਦੀ ਜ਼ਿੰਮੇਵਾਰੀ ਹੋਣੀ ਹੈ ਕਾਂਗਰਸ ਸਰਕਾਰ। ਐਂ ਨਹੀਂ ਹੈ ਕਿ ਤੁਸੀਂ ਸਾਡੇ ਵਰਕਰਾਂ ਨੂੰ ਮਾਰੀ ਜਾਓ, ਅਸੀਂ ਚੁੱਪ ਕਰਕੇ, ਸਾਡੀਆਂ ਚੂੜੀਆਂ ਨਹੀਂ ਪਾਈਆਂ। ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ, ਆਪਣਾ ਨੂੰ ਆਦੇਸ਼ ਦਿੰਦਾ ਅਫਸਰਾਂ ਨੂੰ ਕਿ 48 ਆਵਰਸ ਦੇ ਅੰਦਰ ਜੇ ਨਾ ਫੜੇ ਗਏ ਅਤੇ ਨਾ ਜੋ ਐਕਸ਼ਨ ਕੀਤਾ ਗਿਆ, ਕੋਈ ਸਾਰੀ ਗੇਮ ਸਾਜਿਸ਼ ਕਲੀਅਰ ਹੈ, ਇਹ ਤੋਂ ਵੱਡਾ ਕਲੀਅਰ ਕੇਸ ਨਹੀਂ ਹੋ ਸਕਦਾ। ਰਿਟਨ ਪਰੂਫ ਨਾਲ ਉਹਨਾਂ ਨੂੰ ਦਿੱਤੇ ਆ ਕਿ ਕਿੰਨੀ ਵਾਰ ਉੱਥੇ SHO ਨੂੰ ਮਿਲਿਆ, ਕਿੰਨੀ ਵਾਰ DSP ਨੂੰ ਮਿਲਿਆ, ਕਿੰਨੀ ਵਾਰ SSP ਨੂੰ ਮਿਲਿਆ। ਆਹ ਜਿਹੜੇ ਪੁਲਿਸ ਹੈ, ਐਂ ਲੱਗਦੀ ਹੈ ਜਿਵੇਂ ਆਹ ਪੁਲਿਸ ਨਹੀਂ, ਆਹ ਇੱਕ ਕਾਂਗਰਸ ਦਾ ਯੂਨਿਟ ਬਣਿਆ ਪਿਆ। ਪੁਲਿਸ ਵੀ ਜਿਹੜੀ ਇੱਥੋਂ ਜ਼ਿਲ੍ਹੇ ਦੀ ਕਾਂਗਰਸ ਦਾ ਗੁੰਡਾ ਯੂਨਿਟ ਬਣੀ ਪਈ ਹੈ। ਪੁਲਿਸ ਨਾਮ ਦੀ, ਐਡਮਿਨਿਸਟ੍ਰੇਸ਼ਨ ਨਾਮ ਦੀ, ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੀ ਖਤਮ ਹੋ ਗਈ ਪੰਜਾਬ ਦੇ ਵਿੱਚ ਪਿਛਲੇ 1.5 ਮਹੀਨੇ 'ਚ। ਐਡੀ ਗੁੰਡਾਗਰਦੀ, ਮੈਨੂੰ ਲੱਗਦਾ ਹੈ
ਕਿਸੇ ਹੋਰ ਸੂਬੇ 'ਚ ਇੰਨਾ ਧੱਕਾ ਨਹੀਂ ਹੋਇਆ ਹੋਣਾ ਜਿੰਨਾ ਇੱਥੇ ਲੱਗੇ ਹੈ, ਅਤੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ, ਅਤੇ ਕਿਉਂਕਿ ਹੁਣ ਬਰਦਾਸ਼ਤ ਦੀ ਹੱਦ ਮੁੱਕ ਗਈ ਹੈ। ਅਸੀਂ ਉਹਨਾਂ ਨੂੰ ਕਿਹਾ, ਅਸੀਂ ਉਹਨਾਂ ਨੂੰ ਮੈਂ ਇੰਸਟਰਕਸ਼ਨ ਦਿੱਤੀ ਹੈ, 48 ਘੰਟੇ ਦਿੱਤੇ ਹੈ, 48 ਘੰਟੇ ਜੇ ਨਾ ਕੀਤਾ ਮੈਂ ਤੁਹਾਨੂੰ ਆਪਣਾ ਦੱਸ ਦੂੰਗਾ। ਪਰਚੇ ਨਾਲ ਨਹੀਂ ਹੁੰਦਾ, ਪਰਚਾ ਕੀ ਹੈ, ਜੋ ਅਸੀਂ ਪਰਚੇ 'ਚ ਕਿਹਾ ਸੀ ਉਹਨੇ ਉਹ ਚੇਂਜ ਹੀ ਕਰਤੇ ਸਟੇਟਮੈਂਟ। ਆਪਾਂ ਕੀ ਕਿਹਾ ਸੀ, ਇਹਨਾਂ ਨੇ ਐਗਜੈਕਟ ਦੱਸਿਆ ਸੀ, ਸਾਰਾ ਡਿਟੇਲ ਦਿੱਤੀ ਸੀ ਇਹਨਾਂ ਨੇ ਪਰਚੇ 'ਚ, ਕਿ ਅਸੀਂ ਕਦੋਂ ਕਦੋਂ SHO ਕੋਲ ਗਏ, ਕਿਵੇਂ ਇਹਨਾਂ ਨੇ ਗੈਲੀ ਕੀਤੀ, ਕਿਵੇਂ ਅਸੀਂ SSP ਕੋਲ ਗਏ, ਕਦੋਂ ਕਦੋਂ, ਸਾਰੀ ਡਿਟੇਲ ਵਿਦ ਪਰੂਫ, ਰਜਿਸਟਰਡ ਲੈਟਰਸ ਦਿੱਤੀਆਂ, ਅਤੇ ਕਿਵੇਂ ਕੌਣ ਕੌਣ ਦੋਸ਼ੀ ਹੈ, ਕਿਵੇਂ ਉਹਨਾਂ ਨੇ ਸਾਰਾ ਹੀ ਕੁਛ ਹੀ, ਜਿਵੇਂ ਕੋਈ ਰੋਲ ਕਰਨਾ, ਕਿਉਂਕਿ ਪੋਲੀਟੀਕਲ ਪ੍ਰੈਸ਼ਰ ਪਾ ਰਹੇ ਆ ਕਿ ਇਹਨਾਂ ਨੂੰ ਕੱਢੋ। ਆਹ ਕਿਉਂਕਿ ਇਹਨਾਂ ਦੀ ਗੈਂਗ ਹੈ, ਆਹ ਕਾਂਗਰਸ ਦੀ ਗੁੰਡਾ ਗੈਂਗ ਹੈ, ਆਹ ਆਹ ਕੋਈ ਫੋਟੋਆਂ ਹੁੰਦੀਆਂ, ਆਹ ਦੇਖੋ ਕਿਵੇਂ ਫੋਟੋਆਂ ਇਹਨਾਂ ਦੀਆਂ। ਇਹ ਤੋਂ ਘਟੀਆ ਸਟੇਟਮੈਂਟ ਹੋ ਨਹੀਂ ਸਕਦੀ ਕਿ ਆਹ ਪਾਪੜਦੇ ਆ, ਇਹਦਾ ਮਤਲਬ ਉਹ ਫਿੱਟ ਨਹੀਂ ਚੀਫ ਮਿਨਿਸਟਰ ਰਹਿੰਦੇ, ਇਹਦਾ ਮਤਲਬ ਕਾਨੂੰਨ ਉਹਨਾਂ ਦੇ ਹੱਕ 'ਚ ਹੈ, ਇਹਦਾ ਮਤਲਬ ਕਾਂਗਰਸੀ ਖੁੱਲ੍ਹੀ ਛੁੱਟੀ ਹੈ ਕਿ ਕਤਲ ਕਰ ਦੇਣ ਸਾਰੇ ਪੂਰੇ ਪੰਜਾਬ 'ਚ, ਜੇ ਇਹ ਫੈਸਲਾ ਹੀ ਕਰ, ਜੇ ਉਹਨਾਂ ਦਾ ਆਹੀ ਫੈਸਲਾ ਹੈ ਤਾਂ ਫਿਰ ਸਾਨੂੰ ਵੀ ਪਤਾ ਕਿਵੇਂ ਅਸੀਂ ਆਪਣਾ ਉਹਨਾਂ ਨਾਲ ਟਾਕਰਾ ਕਰਨਾ ਕਾਂਗਰਸ ਨਾਲ, ਐਂ ਨਾ ਧੱਕਾ। ਮੈਨੂੰ ਲੱਗਦਾ ਆਜ਼ਾਦੀ ਦੇ ਬਾਅਦ ਇੰਨੀ ਲੋਲਨੈਸ, ਇੰਨੀ ਮਿਸਯੂਜ ਆਫ ਪੁਲਿਸ ਅੱਜ ਤੱਕ ਨਹੀਂ ਹੋਈ ਜਿੰਨੀ ਇਹਨਾਂ ਨੇ ਕਾਂਗਰਸ ਨੇ ਕੀਤੀ ਹੈ। ਥੈਂਕ ਯੂ। ਮੈਂ ਇੱਕ ਇਸ ਇਸ਼ੂ ਦੇ ਬਗੈਰ ਮੈਂ ਕੁਛ ਨਹੀਂ ਗੱਲ ਕਰਨੀ, ਜੇ ਇੱਕੋ ਹੀ ਜਵਾਬ ਦਿੰਦਾ, ਇਹਨਾਂ ਨੇ ਕਿਹਾ 70% ਨੌਜਵਾਨ ਪੰਜਾਬ ਦੇ ਨਸ਼ੇੜੀ ਸੀ, ਮੈਂ ਉਹਨੂੰ ਦੱਸਣਾ 1.5 ਮਹੀਨੇ 'ਚ ਉਹ 70,000 ਕਿੱਥੇ ਹੈ, ਜਿਹਨੇ 70% ਜਿਹੜੇ ਨਸ਼ੇੜੀ ਹੈ ਉਹ ਕਿੱਧਰ ਗਏ, ਜੇ ਖਤਮ ਕਰਤਾ ਤਾਂ ਕਿੱਧਰ ਤਾਂ ਗਏ ਹੋਣੇ ਆ, ਜਾਂ ਕਿਤੇ ਠੀਕ ਠਾਕ ਰੀਹੈਬਲੀਟੇਸ਼ਨ 'ਚ ਹੋਣੇ ਆ, ਜਾਂ ਕੋਈ ਕਿਤੇ ਹੋਰ ਭੱਜ ਗਏ ਹੋਣੇ ਆ। 70% ਨੌਜਵਾਨ, ਆਪਣੀ ਨੌਜਵਾਨ ਬਦਨਾਮ ਕੀਤਾ ਸੀ, ਝੂਠ ਦਾ ਪਲੰਦਾ ਇਹਨਾਂ ਦਾ।